ਕੀ ਤੁਹਾਨੂੰ ਪਤਾ ਹੈ ਨਾਰਵੇ ਦੀ ਫੌਜ ਦਾ ਮੇਜਰ ਜਨਰਲ ਇੱਕ ਪੈਂਗੁਇਨ ਪੰਛੀ ਹੈ ਜਿਸ ਦਾ ਨਾਮ ਸਰ ਨੀਲਸ ਓਲਾਵ ਹੈ। ਆਜੋ ਜਾਣਦੇ ਹਾਂ ਇਸ ਪੰਛੀ ਨੂੰ ਯੋਧਾ ਬਣਾਉਣ ਦੇ ਪਿੱਛੇ ਦੀ ਕਹਾਣੀ ਕੀ ਹੈ। ਸਾਲ 1961 ਵਿੱਚ ਜਦੋਂ ਨਾਰਵੇਜੀਅਨ ਕਿੰਗਸ ਗਾਰਡ ਨੇ ਇੱਕ ਡ੍ਰਿਲ ਡਿਸਪਲੇ ਲਈ ਰਾਇਲ ਐਡਿਨਬਰਗ ਮਿਲਟਰੀ ਟੈਟੂ ਦਾ ਦੌਰਾ ਕੀਤਾ ਤਾਂ ਮੇਜਰ ਨੀਲਸ ਐਗੇਲੀਅਨ ਨੂੰ ਚਿੜੀਆ ਘਰ ਦੇ ਪੰਛੀਆਂ ਨਾਲ ਪਿਆਰ ਹੋ ਗਿਆ ਜਿਹੜੇ ਕਿ ਪੈਂਗੁਇਨ ਪ੍ਰਜਾਤੀ ਦੇ ਪੰਛੀ ਸਨ। ਕਿੰਗ ਪੈਂਗੁਇਨ ਦੇ ਰੀਗਲ ਮਾਰਚ ਨੇ ਉਸ ਨੂੰ ਯਾਦ ਦਿਵਾਇਆ ਕਿ ਕਿਵੇਂ ਨਾਰਵੇ ਕਿੰਗਸ ਗਾਰਡ ਦੇ ਸਿਪਾਹੀਆਂ ਨੇ ਮਾਰਚ ਕੀਤਾ ਸੀ। ਸਾਲ 1972 ਵਿੱਚ ਜਦੋਂ ਨੀਲਸ ਐਗੇਲੀਅਨ ਐਡਿਨਬਰਗ ਵਾਪਸ ਆਏ ਤਾਂ ਉਹਨਾਂ ਨੇ ਰੈਜੀਮੈਂਟ ਵਿੱਚ ਕਿੰਗ ਪੈਂਗੁਇਨ ਨੂੰ ਆਪਣੇ ਮਿਲਟਰੀ ਮਾਸਕੋਟ ਵਜੋਂ ਅਪਣਾਇਆ। ਸਰ ਨੀਲਸ ਓਲਾਵ ਦਾ ਨਾਮ ਮੇਜਰ ਨੀਲਸ ਐਗੇਲੀਅਨ ਅਤੇ ਉਸ ਸਮੇਂ ਦੇ ਰਾਜਾ ਕਿੰਗ ਓਲਾਵ 5 ਤੋਂ ਰੱਖਿਆ ਗਿਆ ਹੈ। ਅੱਜ ਦੀ ਗੱਲ ਕਰੀਏ ਤਾਂ ਦੁਨੀਆ ਦੇ ਸਭ ਤੋਂ ਉੱਚੇ ਦਰਜੇ ਵਾਲਾ ਪੈਂਗੁਇਨ ਸਰ ਨੀਲਸ ਓਲਾਵ 3 ਕਿੰਗ ਪੈਂਗੁਇਨ ਹੈ। ਸਰ ਨੀਲਸ ਨੂੰ ਸਮੇਂ-ਸਮੇਂ ਤੇ ਪ੍ਰਮੋਟ ਕੀਤਾ ਗਿਆ ਹੈ ਅਤੇ ਉਹ ਹੁਣ ਨਾਰਵੇ ਫੌਜ ਦੇ ਤੀਜੇ ਸਭ ਤੋਂ ਉੱਚੇ ਰੈਂਕ ਤੇ ਹਨ। ਨੀਲਸ ਨੂੰ ਨਾਰਵੇਜੀਅਨ ਕਿੰਗਸ ਗਾਰਡਮੈਨਸ ਵਿੱਚ ਬਹੁਤ ਉੱਚਾ ਸਮਝਿਆ ਜਾਂਦਾ ਹੈ ਅਤੇ ਉਸ ਦੀ ਬੇਮਿਸਾਲ ਸੇਵਾ ਤੇ ਚੰਗੇ ਆਚਰਣ ਕਰਕੇ ਉਸ ਨੂੰ ਸਨਮਾਨ ਅਤੇ ਮੈਡਲ ਦਿੱਤੇ ਜਾਂਦੇ ਹਨ। ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ।